ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੀ ਇੱਥੇ ਮੌਜੂਦ ਨੇ ਪਹਿਲਾਂ ਤਾਂ ਬਾਪੂ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਕੋਈ ਜਾਣਕਾਰੀ ਹੁਣ ਤੱਕ ਇਦਾਂ ਦੀ ਹੈ? ਸਤਿ ਸ਼੍ਰੀ ਅਕਾਲ ਜੀ। ਨਹੀਂ, ਅਜੇ ਤੱਕ ਸਾਨੂੰ ਸਰਕਾਰੀ ਤੌਰ 'ਤੇ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਅਤੇ ਇਹ ਚੀਜ਼ਾਂ ਕਿ ਮੀਡੀਆ ਦੇ ਥਰੂ ਕੱਲ੍ਹ ਤੋਂ ਹੀ ਚੱਲ ਰਿਹਾ ਸੀ ਕਿ ਉਹਨਾਂ ਨੂੰ ਸ਼ਾਇਦ 5 ਤਰੀਕ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਅੱਜ ਸਰਬਜੀਤ ਸਿੰਘ ਹੋਣਾ ਨੇ ਜਿਹੜੀ ਉਹ ਇਹ ਖਬਰ ਦਿੱਤੀ ਹੈ ਕਿ ਉਹ ਲੋਕ ਸਭਾ ਸਪੀਕਰ ਸਾਹਿਬ ਨੂੰ ਮਿਲ ਕੇ ਅਤੇ ਉਹਨਾਂ ਨੇ ਕਿਹਾ ਕਿ 5 ਤਰੀਕ ਨੂੰ ਸਹੁੰ ਚੁਕਾਈ ਜਾਊਗੀ, ਅਤੇ ਇਸ ਚੀਜ਼ ਨੂੰ ਥੋੜ੍ਹਾ ਜਿਹਾ ਇਸ ਕਰਕੇ ਪੁਖਤਾ ਮੰਨਿਆ ਜਾ ਸਕਦਾ। ਬਾਕੀ ਮੀਡੀਆ 'ਚ ਤਾਂ 24-25 ਤਰੀਕ ਨੂੰ ਵੀ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀ ਕਿ ਉਹਨਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ, ਅਤੇ ਜਿੰਨਾ ਚਿਰ ਚੁਕਾਈ ਨਹੀਂ ਜਾਂਦੀ ਉਹਨਾਂ ਚਿਰ ਵੀ ਕੁਛ ਪੱਕਾ ਕਿਹਾ ਨਹੀਂ ਜਾ ਸਕਦਾ। ਬਾਕੀ ਚਲੋ ਇਹ ਜੇ ਸਰਬਜੀਤ ਸਿੰਘ ਹੋਣਾ ਨੇ ਕਿਹਾ ਅਤੇ ਉਹਨਾਂ ਨੇ ਲੋਕ ਸਭਾ ਸਪੀਕਰ ਨੇ ਇਹ ਆਸ਼ਵਾਸਨ ਦਿੱਤਾ ਤਾਂ ਹੋ ਸਕਦਾ ਠੀਕ ਜਾਣਕਾਰੀ ਹੋਵੇ। ਤੁਹਾਡੀ ਹੁਣ ਤੱਕ ਭਾਈ ਸਰਬਜੀਤ ਸਿੰਘ ਖਾਲਸਾ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਉਹਨਾਂ ਦੇ ਨਾਲ ਕੋਈ ਫੋਨ 'ਤੇ ਰਾਬਤਾ ਹੋਇਆ ਹੋਵੇ? ਨਹੀਂ, ਉਹਨਾਂ ਨਾਲ ਕੱਲ੍ਹ ਸਾਡੀ ਗੱਲਬਾਤ ਹੋਈ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਸਵੇਰੇ ਸ਼ਾਇਦ ਮਿਲੂੰਗਾ ਉਹਨਾਂ ਨੂੰ ਅਤੇ ਉੱਥੋਂ ਪਤਾ ਲੱਗੂਗਾ ਵੀ ਕੀ ਹੋ ਰਿਹਾ, ਕੀ ਕਾਰਵਾਈ ਹੋ ਰਹੀ ਹੈ। ਅਤੇ ਅੱਜ ਅਜੇ ਤੱਕ ਫਿਰ ਫਿਲਹਾਲ ਅਸੀਂ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਨਹੀਂ ਗੀ, ਹੁਣ ਫੋਨ ਕਰਕੇ ਪੁੱਛਦੇ ਹਾਂ ਜੀ। ਲੋਕ ਸਭਾ ਦੇ ਸਪੀਕਰ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਔਰ ਇਸ ਦੀ ਪੁਸ਼ਟੀ ਵੀ ਜਿਹੜੀ ਹੈਗੀ ਆ ਉਹਨਾਂ ਵੱਲੋਂ ਕਰ ਦਿੱਤੀ ਗਈ ਹੈਗੀ ਆ ਕਿ ਪੈਰੋਲ ਮਿਲ ਰਹੀ ਹੈ ਔਰ ਨਾਲ ਹੀ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਸਹੁੰ ਚੁੱਕ ਸਕਦੇ ਨੇ। ਪਰ ਉੱਥੇ ਇੱਕ ਕੰਡੀਸ਼ਨ ਜਾਂ ਇੱਕ ਕਹਿ ਸਕਦੇ ਹਾਂ ਕਿ ਹੋਰ ਵੀ ਖਬਰ ਜਿਹੜੀ ਹੈਗੀ ਸਾਹਮਣੇ ਆ ਰਹੀ ਕਿ ਉਸਦੇ ਵਿੱਚ ਇੱਕ ਕੰਡੀਸ਼ਨ ਹੈਗੀ ਹੈ ਕਿ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਉਹ ਇਸ ਦੌਰਾਨ ਉਹਨਾਂ ਨੂੰ ਨਹੀਂ ਮਿਲਣਗੇ, ਤਾਂ ਕਿਵੇਂ ਦੇਖਦੇ ਹੋ ਇਹ ਪੈਰੋਲ ਦੇ ਦਰਮਿਆਨ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਜਿਹੜੀ ਸ਼ਰਤ ਰੱਖੀ ਗਈ? ਨਹੀਂ, ਇਹ ਜੀ ਇਹ ਬਹੁਤ ਗਲਤ ਸ਼ਰਤ ਹੈ ਜੀ। ਅਗਰ ਜੇ ਇੱਦਾਂ ਦੀ ਸ਼ਰਤਾਂ ਕਿ ਪਰਿਵਾਰ ਨਹੀਂ ਮਿਲ ਸਕਦਾ ਜਾਂ ਉਹਨਾਂ ਨੂੰ ਕੋਈ ਹੋਰ ਮੀਡੀਆ ਨਹੀਂ ਮਿਲ ਸਕਦਾ ਤਾਂ ਮੇਰਾ ਖਿਆਲ ਹੈ ਕਿ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਆ। ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਤਾਂ ਪੂਰੇ ਆਪਣੇ ਹਲਕੇ ਨੂੰ ਮਿਲਣ ਵਾਸਤੇ ਜੋ ਵੀ ਉਹਨਾਂ ਨੂੰ ਮਿਲਣਾ ਚਾਹੁੰਦਾ, ਜੋ ਵੀ ਉਹਨਾਂ ਕੋ ਲੋਕਾਂ ਦੀਆਂ ਸਮੱਸਿਆਵਾਂ ਆਰਾ ਵਗੈਰਾ ਉਹਦੇ ਬਾਰੇ 'ਚ, ਪਹਿਲੀ ਗੱਲ ਤਾਂ ਉਹਨਾਂ ਨੂੰ ਪਹਿਲਾਂ ਹੀ ਸਹੁੰ ਚੁਕਾਈ ਜਾਣੀ ਚਾਹੀਦੀ ਸੀ ਅਤੇ ਜੋ ਸੈਸ਼ਨ 'ਚ ਭਾਗ ਲੈ ਕੇ ਆਪਣੇ ਲੋਕਾਂ ਦੀ ਜਿਹੜੀ ਨੁਮਾਇੰਦਗੀ ਕਰ ਸਕਦੇ, ਅਤੇ ਚਲੋ ਉਹ ਨਹੀਂ। ਅਤੇ ਹੁਣ ਵੀ ਮੇਰਾ ਖਿਆਲ ਸਰਕਾਰ ਨੂੰ ਇਹ ਵੱਡਾ ਦਿਲ ਦਿਖਾਉਂਦੇ ਹੋਏ, ਮਤਲਬ ਇਹ ਵੱਡਾ ਦਿਲ ਆਪਣਾ ਕਰਦੇ ਹੋਏ, ਜਿਹੜੀਆਂ ਲੋਕਾਂ ਦੀਆਂ ਇੰਨੇ ਵੱਡਾ ਫਤਵਾ ਵਾ ਉਹਦੀ ਕਦਰ ਕਰਦੇ ਹੋਏ ਉਹਨਾਂ ਨੂੰ ਤੁਰੰਤ ਮੇਰਾ ਖਿਆਲ ਕਿ ਰਿਹਾਅ ਕੀਤਾ ਜਾਣਾ ਚਾਹੀਦਾ ਅਤੇ ਜੋ ਲੋਕਾਂ ਨੇ ਉਹਨਾਂ ਨੂੰ ਸੇਵਾ ਬਖਸ਼ੀ ਉਹ ਸੇਵਾ ਦਾ ਮੌਕਾ ਦਿੱਤਾ ਜਾਣਾ ਚਾਹੀਦਾ। ਚੀਜ਼ ਹੋਰ ਹੈਗੀ ਹੈ ਕਿ ਇਸ ਦੌਰਾਨ ਹੀ ਚਲੋ ਇਹ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਹੈਗਾ, ਹਾਲਾਂਕਿ ਇਸ ਸੰਬੰਧੀ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਕੋਈ ਸੱਦਾ ਪੱਤਰ ਜਾਂ ਕੁਛ ਅਜਿਹਾ ਪ੍ਰਸ਼ਾਸਨਿਕ ਤੌਰ ਦੇ ਉੱਤੇ ਤੁਹਾਨੂੰ ਹੁਣ ਤੱਕ ਪਤਾ ਲੱਗਾ ਹੋਵੇ ਇਸ ਸਾਰੇ ਕਹਿ ਸਕਦੇ ਹਾਂ ਕਿ ਸਮਾਗਮ ਸੰਬੰਧੀ? ਨਹੀਂ, ਇਹਦੇ ਬਾਰੇ 'ਚ ਜੇ ਤੁਹਾਨੂੰ ਇਹ ਪਹਿਲਾਂ ਹੀ ਦੱਸਿਆ ਮੈਂ ਕਿ ਸਾਨੂੰ ਸਰਕਾਰੀ ਤੌਰ 'ਤੇ ਕੋਈ ਵੀ ਜਾਣਕਾਰੀ ਇੱਦਾਂ ਦੀ ਦਿੱਤੀ ਨਹੀਂ ਗਈ ਕਿ ਉਹਨਾਂ ਨੂੰ 5 ਤਰੀਕ ਨੂੰ ਜਾਂ ਪਰੋਲ ਕਿੰਨੇ ਦਿਨਾਂ ਦੀ ਆ ਜਾਂ 5 ਤਰੀਕ ਉਹਨਾਂ ਨੂੰ ਸਹੁੰ ਚ ਕਿੰਨੇ ਵਜੇ ਸਹੁੰ ਚੁਕਾਈ ਜਾ ਰਹੀ ਹੈ ਜਾਂ ਕੁਛ ਇਹਦੇ ਬਾਰੇ 'ਚ ਕੋਈ ਸਾਡੇ ਕੋਲ ਸਰਕਾਰੀ ਤੌਰ 'ਤੇ ਕੋਈ ਜਾਣਕਾਰੀ ਨਹੀਂ। ਆਪ ਜੀ 1-2 ਦਿਨ ਤੋਂ ਚਰਚਾ ਸੀਗਾ ਕਿ ਤੁਸੀਂ ਪਰਿਵਾਰ ਸਮੇਤ ਜਿਹੜਾ ਹੈਗਾ ਜਾਂ ਫਿਰ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਉਹ ਦਿੱਲੀ ਜਾ ਸਕਦੇ ਨੇ, ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੂੰ ਮਿਲ ਸਕਦੇ ਨੇ, ਇਸ ਸੰਬੰਧੀ ਕਿਵੇਂ ਹੈਗਾ? ਕਿਉਂਕਿ ਅੱਜ ਜਾਣ ਦੀ ਵੀ ਚਰਚਾ ਸੀਗੀ, ਸਵੇਰੇ ਵੀ ਆਪਣੇ ਫੋਨ ਦੇ ਉੱਤੇ ਗੱਲ ਹੋਈ ਸੀ, ਤਾਂ ਇਹਦੇ ਵਿੱਚ ਕੀ ਮੁੱਖ ਕਾਰਨ ਕੀ ਸੀਗਾ ਜਾਣਾ ਮਿਲਣਾ? ਇਸੀ ਇਹੋ ਹੀ ਕਾਰਨ ਸੀਗਾ ਜੀ? ਨਹੀਂ, ਉੱਦਾਂ ਵੈਸੇ ਵੀ ਅਸੀਂ ਜਾਣਾ ਚਾਹੁੰਦੇ ਸੀ ਕਿਤੇ ਉੱਥੇ ਗੁਰਦੁਆਰਾ ਸਾਹਿਬ ਸਾਡਾ ਉੱਥੇ ਨਮਸਕਾਰ ਕਰਨ ਵਾਸਤੇ ਵੀ ਜਾਣਾ ਸੀ, ਅਤੇ ਬਾਕੀ ਅਸੀਂ ਇਹ ਵੀ ਚਾਹੁੰਦੇ ਸੀ ਕਿ ਲੋਕਾਂ 'ਚ ਬੜਾ ਇਹ ਇੱਕ ਸ਼ੰਕਾ ਆ ਕਿ ਕਦੋਂ ਚੁਕਾਈਏ, ਅਤੇ ਅਸੀਂ ਸੋਚਦੇ ਸੀ ਕਿ ਆਪਣਾ ਲੋਕ ਸਭਾ ਸਪੀਕਰ ਸਾਹਿਬ ਨੂੰ ਮਿਲ ਕੇ ਅਤੇ ਇਹਦੇ ਬਾਰੇ 'ਚ ਪੂਰੀ ਜਾਣਕਾਰੀ ਲਈ ਜਾਵੇ ਕਿ ਕੀ ਹੋ ਰਿਹਾ, ਕਦੋਂ ਹੋ ਰਿਹਾ, ਅਤੇ ਇਸ ਕਰਕੇ ਲੋਕਾਂ ਨੂੰ ਸਹੀ ਜਿਹੜੀ ਮੀਡੀਆ ਦੇ ਥਰੂ ਕਈ ਵਾਰ ਗਲਤ ਅਫਵਾਹਾਂ ਵੀ ਚੱਲਦੀਆਂ ਰਹਿੰਦੀਆਂ, ਅਤੇ ਇਹਦੇ ਕਰਕੇ ਇਸ ਕਰਕੇ ਅਸੀਂ ਉਹ ਜਾਣਕਾਰੀ ਚਾਹੁੰਦੇ ਸੀ। ਅਤੇ ਫਿਰ ਚਲੋ ਉਹ ਸਰਬਜੀਤ ਸਿੰਘ ਹੋਣੀ ਉੱਥੇ ਸੀਗੇ ਅਤੇ ਅਸੀਂ ਸੋਚਦੇ ਹਾਂ ਕਿ ਸਰਕਾਰੀ ਤੌਰ 'ਤੇ ਸਾਨੂੰ ਜੇ ਇਹ ਚੱਲ ਰਹੇ ਇੱਦਾਂ ਦੀ ਸ਼ਾਇਦ ਇੱਦਾਂ ਪੰਜਾਬ ਸਰਕਾਰ ਵੱਲੋਂ ਕੋਈ ਇੱਦਾਂ ਦਾ ਕੋਈ
ਜਾਣਕਾਰੀ ਦਿੱਤੀ ਜਾਊਗੀ ਜਾਂ ਕੋਈ ਸਾਨੂੰ ਸੱਦਾ ਪੱਤਰ ਦਿੱਤਾ ਜਾਊਗਾ ਤੇ ਉਹਦੇ ਅਨੁਸਾਰ ਹੀ ਅਸੀਂ ਜਾ ਕੇ ਉੱਥੇ ਗੱਲ ਕਰਾਂਗੇ। ਪਰ ਉਹ ਤੇ ਜੇ ਪੈਰੋਲ ਦੀ ਸ਼ਰਤ ਹੈਗੀ, ਉਹ ਕਹਿੰਦੇ ਪਰਿਵਾਰਕ ਮੈਂਬਰ ਨਹੀਂ ਮਿਲਣੇ ਚਾਹੀਦੇ, ਫਿਰ ਤੇ ਚਲੋ ਸੱਦੇ ਪੱਤਰ ਵਾਲੀ ਤੇ ਗੱਲ ਨਹੀਂ ਹੋਊਗੀ ਨਾ। ਨਹੀਂ ਚਲੋ ਇਹ ਤੇ ਚਲੋ ਪਤਾ ਲੱਗੇਗਾ ਕਿਤੇ, ਪਰ ਮੇਰੇ ਖਿਆਲ ਹੈ ਕਿ ਜਿਹੜੀ ਸ਼ਰਤ ਹੈ ਇਹ ਬਹੁਤ ਗਲਤ ਹੈ ਵੈਸੇ ਤੇ। ਮੇਰੇ ਖਿਆਲ ਹੈ ਕਿ ਜੀ ਪਰਿਵਾਰਕ ਮੈਂਬਰਾਂ ਨੂੰ ਜਾਂ ਉਹਨਾਂ ਦੇ ਹੋਰ ਚਾਹੁਣ ਵਾਲੇ ਨਹੀਂ ਮਿਲ ਸਕਦੇ, ਤੇ ਬਹੁਤ ਇਹ ਮੇਰੇ ਖਿਆਲ ਮਨੁੱਖੀ ਅਧਿਕਾਰਾਂ ਦਾ ਵੀ ਇਹ ਮਤਲਬ ਇੱਕ ਵਾਇਲੈਂਸ ਹੈ। ਅੱਛਾ, ਹੁਣ ਸ਼ਾਮ ਤੱਕ ਮੰਨ ਲਓ ਕਿ ਜੇਕਰ ਅਧਿਕਾਰਿਕ ਤੌਰ ਦੇ ਉੱਤੇ ਤੁਹਾਨੂੰ ਕੋਈ ਪੁਸ਼ਟੀ ਨਹੀਂ ਹੁੰਦੀ ਇਹਦੀ ਜਾਂ ਫਿਰ ਹੋ ਜਾਂਦੀ ਹੈ, ਤੇ ਕੀ ਜਾਓਗੇ ਦਿੱਲੀ? ਨਹੀਂ ਉਹ ਤੇ ਅਸੀਂ ਵੈਸੇ ਵੀ ਜਾਣਾ ਸੀਗਾ, ਤੇ ਸ਼ਾਇਦ ਹੋ ਸਕਦਾ ਅਸੀਂ ਜਾਵਾਂਗੇ ਕੱਲ ਨੂੰ ਦਿੱਲੀ ਪਹੁੰਚਾਂਗੇ, ਤੇ ਉੱਥੇ ਮਿਲਣ ਦਿੱਤਾ ਜਾਂਦਾ ਨਹੀਂ ਤੇ ਅਸੀਂ ਹੋਰ ਜੋ ਵੀ ਸਪੀਕਰ ਸਾਹਿਬ ਨੂੰ ਮਿਲ ਕੇ ਜਾਂ ਅਗਲੀ ਕਾਰਵਾਈ ਕਿ ਉਹਨਾਂ ਨੂੰ ਅਗਲੇ ਸੈਸ਼ਨਾਂ 'ਚ ਭਾਗ ਲੈਣ ਵਾਸਤੇ ਜਾਂ ਕੋਈ ਵੀ ਜਿਹੜੀ ਚੀਜ਼ ਕਿ ਉਹਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਕੀ ਲੱਗਦਾ ਹੈਗਾ ਹੁਣ ਸੈਸ਼ਨ ਤੇ? ਚਲੋ ਠੀਕ ਹੈ ਕਿ ਸੈਕਿੰਡ ਸੈਸ਼ਨ ਦੇ ਵਿੱਚ ਵੀ ਆ ਗਏ। ਵੈਸੇ ਤੇ ਜਦੋਂ ਸਹੁੰ ਚੁੱਕ ਸਮਾਗਮ ਹੋ ਜਾਂਦਾ ਹੈਗਾ, ਲੋਕਾਂ ਨੇ ਚੁਣਿਆ ਹੈਗਾ, ਵੱਡਾ ਕਹਿ ਸਕਦੇ ਹਾਂ ਕਿ ਫਤਵਾ ਦਿੱਤਾ ਹੈਗਾ, ਤਾਂ ਹਲਕੇ ਦੀਆਂ ਵੀ ਸਮੱਸਿਆਵਾਂ ਔਰ ਉਸ ਸੰਬੰਧੀ ਆਵਾਜ਼ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਸੈਸ਼ਨ ਦੇ ਵਿੱਚ ਹੁਣ ਤੱਕ ਉੱਠਣੀ ਚਾਹੀਦੀ ਸੀਗੀ। ਨਹੀਂ ਉਹ ਤੇ ਇਹ ਵੀ ਮੇਰੇ ਖਿਆਲ ਹੈ ਕਿ ਲੋਕਾਂ ਨਾਲ ਬਹੁਤ ਜਿਹੜੇ ਜਿੰਨੇ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਇਹ ਫਤਵਾ ਦੇ ਕੇ ਆਪਣਾ MP ਬਣਾ ਕੇ ਭੇਜਿਆ, ਤਾਂ ਉਹਨਾਂ ਜੋ ਪਿਛਲੇ ਸੈਸ਼ਨ 'ਚ ਭਾਗ ਨਹੀਂ ਲੈਣ ਦਿੱਤਾ ਗਿਆ, ਇਹ ਵੀ ਮੇਰੇ ਖਿਆਲ ਲੋਕਾਂ ਨਾਲ ਇੱਕ ਲੋਕਾਂ ਨਾਲ ਵੀ ਅਤੇ ਉਹਨਾਂ ਨਾਲ ਵੀ ਇੱਕ ਬਹੁਤ ਵੱਡਾ ਧੱਕਾ ਵਾ। ਅਬੋ ਜੀ, ਇੱਕ ਚੀਜ਼ ਹੋਰ ਹੈਗੀ ਹੈ, ਚਰਚਾ ਜਿਹੜਾ ਹੈਗਾ ਹੈ, ਚਾਹੇ ਉਹ ਗੱਲ ਕਰੀਏ ਕਿ ਜਿਹੜੀਆਂ ਵੀ ਸੀਟਾਂ ਦੇ ਉੱਤੇ ਹੁਣ ਚਲੋ ਲੋਕ ਸਭਾ ਉਮੀਦਵਾਰ ਚੁਣੇ ਗਏ ਨੇ ਜੋ ਵਿਧਾਇਕ ਸਨ, ਉਹਨਾਂ ਵੱਖ ਵੱਖ ਸੀਟਾਂ ਤੋਂ ਜਿੱਦਾਂ ਗੁਰਦਾਸਪੁਰ ਦੀ ਗੱਲ ਕਰ ਲਈਏ ਆਪਾਂ ਜਾਂ ਫਿਰ ਹੋਰਨਾਂ ਸੀਟਾਂ ਜਿਹੜੀਆਂ ਮਾਲਵੇ ਦੀਆਂ ਕੁਝ ਸੀਟਾਂ ਹੈਗੀਆਂ, ਤਾਂ ਉੱਥੇ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਹੈਗੇ ਆ, ਉਹਨਾਂ ਦੇ ਵੱਲੋਂ ਚੋਣ ਲੜਨ ਦਾ ਕੁਛ ਐਲਾਨ ਜਿਹੜੇ ਹੈਗੇ ਆ, ਅਜਿਹੀਆਂ ਖਬਰਾਂ ਸਾਹਮਣੇ ਆਏ ਹੈਗੀਆਂ ਉਸ ਸੰਬੰਧੀ ਬਕਾਇਦਾ ਕੁਛ ਇੱਕ ਪਰਿਵਾਰਕ ਮੈਂਬਰਾਂ ਵੱਲੋਂ ਜਿੱਦਾਂ ਕਲਸੀ ਸਾਹਿਬ ਦੇ ਮੈਸੇਜ ਹੈਗੇ ਆ ਜਾਂ ਫਿਰ ਕਹਿ ਸਕਦੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਪਰਿਵਾਰ ਵੱਲੋਂ ਹੈਗਾ, ਅਜਿਹੇ ਜਿਹੜਾ ਹੈਗਾ ਉਹਨਾਂ ਵੱਲੋਂ ਐਲਾਨ ਸਾਹਮਣੇ ਆਏ ਹੈਗੇ ਆ, ਔਰ ਤੁਹਾਡੇ ਸਾਰਾ ਕੁਛ ਧਿਆਨ ਦੇ ਵਿੱਚ ਹੈ ਜਾਂ ਪਰਿਵਾਰਕ ਮੈਂਬਰ ਰਾਬਤੇ ਵਿੱਚ ਹਨ ਉਹਨਾਂ ਦੇ? ਨਹੀਂ ਅਜੇ ਤੱਕ ਇੱਦਾਂ ਜੀ ਕੋਈ ਚੋਣਾਂ ਦੇ ਬਾਰੇ 'ਚ ਨਾ ਤਾਂ ਅੰਮ੍ਰਿਤਪਾਲ ਨੇ ਸਾਡੀ ਕੋਈ ਇੱਦਾਂ ਦੀ ਗੱਲਬਾਤ ਹੋਈ ਹੈ ਇਸ ਵਿਸ਼ੇ 'ਤੇ, ਨਾ ਹੀ ਤਾਂ ਪਰਿਵਾਰਾਂ ਨੇ ਸਾਨੂੰ ਕੋਈ ਇੱਦਾਂ ਦੀ ਕੋਈ ਮਤਲਬ ਜਾਣਕਾਰੀ ਦਿੱਤੀ ਹੈ ਕਿ ਆਪਾਂ, ਅਤੇ ਮੇਰਾ ਖਿਆਲ ਹੈ ਕਿ ਜੇ ਕੋਈ ਇਲੈਕਸ਼ਨ ਲੜਨੀ ਵੀ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਕੱਠੇ ਹੋ ਕੇ ਕੋਈ ਸਲਾਹ ਗਿਣਤੀ ਨਾਲ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਹੀ ਇਹ ਕੰਮ ਕੀਤਾ ਜਾਣਾ ਚਾਹੀਦਾ। ਕੀ ਲੱਗਦਾ ਹੈਗਾ ਕਿਤੇ ਨਾ ਕਿਤੇ ਜਲਦਬਾਜ਼ੀ ਨਹੀਂ ਹੈਗੀ ਸਾਥੀਆਂ ਦੇ ਪਰਿਵਾਰਾਂ ਵੱਲੋਂ, ਕਿਉਂਕਿ ਹਾਲੇ ਤੱਕ ਜਲੰਧਰ ਜ਼ਿਮਨੀ ਚੋਣ ਜਿਹੜਾ ਕਿ ਪਹਿਲਾਂ ਹੋਣ ਜਾ ਰਹੀ ਹੈ, 10 ਨੂੰ ਵੋਟਾਂ ਪੈਣਗੀਆਂ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਜ਼ਿਮਨੀ ਚੋਣਾਂ ਦੀ ਵਾਰੀ ਵੀ ਆਊਗੀ, ਉੱਥੇ ਕਹਿ ਸਕਦੇ ਹਾਂ ਕਿ ਇਲੈਕਸ਼ਨ ਕਦੋਂ ਦਾ ਟਾਈਮ ਬਣਦਾ ਹੈ, ਇਲੈਕਸ਼ਨ ਕਮਿਸ਼ਨ ਕਦੋਂ ਤੱਕ ਉਹ ਅਨਾਊਂਸ ਕਰਦੇ ਨੇ, ਇਹ ਵੀ ਦੇਖਣਾ ਚਾਹੀਦਾ ਥੋੜ੍ਹਾ ਜਿਹਾ। ਫਿਰ ਠੀਕ ਹੈ, ਇਹ ਕੋਈ ਨਹੀਂ ਜੀ, ਸਮਾਂ ਆਉਣ 'ਤੇ ਸਾਰਾ ਕੁਛ ਅਸੀਂ ਮਿਲ ਜੁਲ ਕੇ ਜਿੱਦਾਂ ਵੀ ਹੋਊਗਾ, ਲੜਨੀ ਆ ਨਹੀਂ ਲੜਨੀ ਆ ਜਾਂ ਕਿੱਥੋਂ ਕਿੰਨੇ ਲੜਨਾ, ਇਹ ਸਾਰੇ ਚੀਜ਼ਾਂ ਅਸੀਂ ਕਰ ਲਾਂਗੇ ਕਲੀਅਰ, ਅਜੇ ਸਮਾਂ ਕਾਫੀ ਪਿਆ ਵਾ, ਇਸ ਕਰਕੇ ਅਸੀਂ ਸਾਰਾ ਕੁਛ ਰਲ ਮਿਲ ਕੇ ਹੀ ਕਰਾਂਗੇ। ਲਾਸਟ ਸਵਾਲ ਦੁਬਾਰਾ ਇੱਕ ਵਾਰੀ ਥੋੜ੍ਹਾ ਜਿਹਾ ਕਿ ਕੱਲ੍ਹ ਨੂੰ ਤੁਸੀਂ ਹੁਣ ਦਿੱਲੀ ਜਾਓਗੇ, ਚਾਹੇ ਨਿੱਜੀ ਤੌਰ ਦੇ ਉੱਤੇ ਮੁਲਾਕਾਤ ਜੇਕਰ ਹੁੰਦੀ ਵੀ ਹੋਊਗੀ ਉਸ ਸਮਾਗਮ ਦੌਰਾਨ, ਕਿਉਂਕਿ ਪਰਿਵਾਰ 'ਚ ਕਿਤੇ ਨਾ ਕਿਤੇ ਇੱਕ ਕਹਿ ਸਕਦੇ ਦਿੱਲੀ ਚਾਅ ਹੁੰਦਾ ਹੈਗਾ ਕਿ ਅੰਮ੍ਰਿਤਪਾਲ ਸਿੰਘ ਹੁਣ ਸਹੁੰ ਚੁੱਕਣਗੇ, ਇੱਕ ਕਿਤੇ ਨਾ ਕਿਤੇ ਆਸ ਹੁੰਦੀ ਹੈਗੀ ਕਿ ਅਸੀਂ ਉੱਥੇ ਮੌਜੂਦ ਹੋਵਾਂਗੇ, ਸਾਰੇ ਸੰਸਦ ਗਏ ਸੀਗੇ, ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਆਈਆਂ, ਆਪਣੇ ਦਿਲ ਦੇ ਵਿੱਚ ਵੀ ਕੋਈ ਅਜਿਹੀ ਗੱਲ ਹੁੰਦੀ ਹੈ? ਨਹੀਂ ਉਹ ਕੋਈ ਇੱਦਾਂ ਦੀ ਵੀ ਕੋਈ ਗੱਲ ਨਹੀਂ ਗੀ, ਮੇਰੇ ਖਿਆਲ ਹੈ ਕਿ ਪਰਿਵਾਰ ਨਾਲੋਂ ਜਿਹੜੇ ਇਸ ਹਲਕੇ ਦੇ ਲੋਕਾਂ ਦੀ ਮਿਲਣਾ ਉਹਨਾਂ ਨੂੰ ਜ਼ਿਆਦਾ ਜ਼ਰੂਰੀ ਆ, ਅਸੀਂ ਤਾਂ ਚਲੋ ਗਾਏ ਵਗਾਏ ਅੱਗੇ ਪਿੱਛੇ ਵੀ ਮਿਲਦੇ ਰਹਿੰਦੇ ਹਾਂ, ਪਰ ਜਿਨ੍ਹਾਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਮੇਰਾ ਖਿਆਲ ਉਹਨਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ, ਉਹਨਾਂ ਜੇ ਪਰੋਲ ਦਿੱਤੀ ਹੈ ਮੇਰਾ ਖਿਆਲ ਉਹਨਾਂ ਦੀ ਪਰੋਲ ਵਧਾ ਕੇ ਉਹਨਾਂ ਨੂੰ ਆਪਣੇ ਹਲਕੇ 'ਚ ਵਿਚਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਜੀ।